ਇਹੋ ਜਿਹੀ ਲੜਾਈ ਸਾਡੇ ਭਗਤ ਸਿੰਘ ਨੇ ਸ਼ੁਰੂ ਕੀਤੀ ਸੀ ਉਹੀ ਲੜਾਈ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਸਾਡੇ ਮਾਂ ਬਾਪ ਸਾਡੇ ਨਾਲ ਖੜੇ ਆ ਜਿੱਥੇ ਇੱਕ ਪਾਸੇ ਨੌਜਵਾਨ ਨਸ਼ਾ ਕਰਦੇ ਨੇ ਉੱਥੇ ਦੂਜੇ ਪਾਸੇ ਆਪਣੇ ਹੱਕਾਂ ਤੇ ਸੱਚਾਂ ਲਈ ਵੀ ਲੜਦੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਾਂ ਅੱਜ ਜਿਹੜਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਜਿੱਥੇ ਮਨਾ ਰਹੇ ਹਾਂ ਨਾਲ ਉਹਨਾਂ ਬਿੱਲਾਂ ਦਾ ਵਿਰੋਧ ਕਰਨ ਵਾਸਤੇ ਆਪਾਂ ਇੱਥੇ ਅੱਜ ਪਹੁੰਚਿਆ ਜੀ ਪੰਜਾਬ ਦੇ ਵਿੱਚ ਅੱਜ ਦੋ ਕਿਸਾਨ ਵੱਡੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਇੱਕ ਰਾਜਨੀਤਿਕ ਰੈਲੀ ਹੋ ਰਹੀ ਹੈ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਵੱਡੀ ਗਿਣਤੀ ਦੇ ਵਿੱਚ ਆਪਣੇ ਸਮਰਥਕਾਂ ਦੇ ਨਾਲ ਵਾਹਗਾ ਪ੍ਰਾਣੀ ਦੀ ਰੈਲੀ ਕਰ ਰਹੇ ਦੂਜੀ ਰੈਲੀ ਸੰਗਰੂਰ ਦੇ ਸਨਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਗਾ ਭਾਵੇਂ ਕਿ 23 ਤਰੀਕ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਦਾ ਪਰ ਲੇਕਿਨ ਉਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ ਨੌਜਵਾਨਾਂ ਨੂੰ ਮਹਿਲਾਵਾਂ ਨੂੰ ਬੱਚਿਆਂ ਨੂੰ ਨੌਜਵਾਨ ਲੜਕੀਆਂ ਨੂੰ ਸਨਾਮ ਦੀ ਧਰਤੀ ਦੇ ਉੱਪਰ ਇੱਕ ਵੱਡਾ ਇਕੱਠ ਕਰਕੇ ਜਿਹੜਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਨੌਜਵਾਨ ਨੇ ਉਹ ਦਿੱਲੀ ਨਹੀਂ ਜਾ ਸਕਦੇ ਇਸ ਲਈ 21 ਮਾਰਚ ਨੂੰ ਇਹ ਰੈਲੀ ਇਹ ਜਗ੍ਹਾ ਦੇ ਉੱਪਰ ਕੀਤੀ ਗਈ ਆ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਜਿਹੜੀ ਇਹ ਧਰਤੀ ਆ ਸ਼ਹੀਦ ਊਧਮ ਸਿੰਘ ਦਾ ਜਿਹੜਾ ਕਹਿ ਸਕਦੇ ਹਾਂ ਜਨਮ ਉਹ ਇਸੇ ਧਰਤੀ 'ਤੇ ਹੋਇਆ ਸੀ ਇਸੇ ਲਈ ਜਿਹੜੇ ਧਰਤੀ ਨੂੰ ਚੁਣਿਆ ਗਿਆ ਜਿੱਥੇ ਕਿ ਸ਼ਹੀਦ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਦਿਵਸ ਦਾ ਮਨਾਇਆ ਜਾ ਕੇ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਤਰ੍ਹਾਂ ਦੇ ਸਲੋਗਨ ਲੈ ਕੇ ਜਿਹੜੀਆਂ ਮਹਿਲਾਵਾਂ ਨੇ ਔਰਤਾਂ ਨੇ ਕੁੜੀਆਂ ਨੇ ਨੌਜਵਾਨ ਬੱਚੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੀਆਂ ਹੋਈਆਂ ਨੇ ਬੱਚੇ ਨੇ ਰਾਜਗੁਰੂ ਭਗਤ ਸਿੰਘ ਸੁਖਦੇਵ ਹੋਰਾਂ ਦੇ ਜਿਹੜੇ ਪੋਸਟਰ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਨੇ ਜਿੱਥੋਂ ਤੱਕ ਨਜ਼ਰ ਜਾਊਗੀ ਕੈਮਰਾਮੈਨ ਜਿੱਥੋਂ ਤੱਕ ਤੁਸੀਂ ਦੇਖੋਗੇ ਪੰਡਾਲ ਦੇ ਵਿੱਚ ਤੁਹਾਨੂੰ ਦੂਰ ਤੱਕ ਜਿਹੜੀਆਂ ਮਹਿਲਾਵਾਂ ਨੌਜਵਾਨ ਦੂਸਰੀ ਤਰਫ ਜਿਹੜੇ ਨੌਜਵਾਨ ਨੇ ਉਹ ਤੁਹਾਨੂੰ ਦਿਖਾਈ ਦੇਣਗੇ 1 ਲੱਖ ਤੋਂ ਜ਼ਿਆਦਾ ਦਾ ਇਕੱਠ ਜਿਹੜਾ ਇਸ ਰੈਲੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਵੱਡੀ ਗਿਣਤੀ ਵਿੱਚ ਦੂਸਰੀ ਤਰਫ ਤੁਹਾਨੂੰ ਕਹੂੰਗਾ ਕੈਮਰਾਮੈਨ ਕਹੂੰਗਾ ਇੱਧਰ ਦੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਕਿ ਆਖਰ ਜਿਹੜਾ ਇਹ ਵੱਡਾ ਇਕੱਠ ਹੈਗਾ ਵੱਡੇ ਇਕੱਠ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਦੇ ਨਾਲ ਨਾਲ ਜਿਸ ਇਸ ਸਾਈਡ ਵੱਡਾ ਗਿਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਪਹੁੰਚੀਆਂ ਹੋਈਆਂ ਨੇ ਪਰ ਲੇਕਿਨ ਦੂਸਰੀ ਤਰਫ ਇੱਧਰ ਦੇਖਿਆ ਜਾਵੇ ਤਾਂ ਇਸ ਤਰਫ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਨੌਜਵਾਨ ਪਹੁੰਚੇ ਨੇ ਬਸੰਤੀ ਰੰਗ ਦੀਆਂ ਕਹਿ ਸਕਦੇ ਹਾਂ ਕਿ ਪੱਗਾਂ ਬੰਨ੍ਹ ਕੇ ਨੌਜਵਾਨ ਪਹੁੰਚੇ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਸਾਡੀਆਂ ਜਿਹੜੀਆਂ ਭੈਣਾਂ ਨੇ ਜਗ੍ਹਾ ਦੇ ਉੱਪਰ ਪਹੁੰਚੀਆਂ ਨੇ ਇਸ ਰੈਲੀ ਦਾ ਮਕਸਦ ਇਹੀ ਆ ਕਿ ਸ਼ਹੀਦ ਭਗਤ ਸਿੰਘ ਦੀ ਜਿਹੜੀ ਸੋਚ ਨੂੰ ਉਸਨੂੰ ਅੱਗੇ ਲੈ ਕੇ ਜਾਇਆ ਜਾਵੇ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਨੌਜਵਾਨਾਂ ਦਾ ਯੋਗਦਾਨ ਆ ਉਹ ਵੱਧ ਚੜ ਕੇ ਪਾ ਜਾਏ ਕੈਮਰਾਮੈਨ ਜੋ ਕਿ ਅੱਗੇ ਆ ਕੇ ਤਸਵੀਰਾਂ ਥੋੜੀਆਂ ਦਿਖਾਈਆਂ ਜਾਣ ਤਾਂ ਜੋ ਅੱਗੇ ਆ ਕੇ ਤੁਹਾਨੂੰ ਦਿਖਾਈ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਛੋਟੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੇ ਜਿਹੜੇ ਉਹ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਲੈ ਕੇ ਆਪਣੇ ਮਾਤਾ ਪਿਤਾ ਦੇ ਨਾਲ ਆਏ ਹੋਏ ਨੇ ਕਾਫੀ 4 ਲੱਖ ਕਹਿ ਸਕਦੇ 4 ਲੱਖ ਸਕੁਅਰ ਫੁੱਟ ਦੇ ਵਿੱਚ ਜਿਹੜਾ ਇਹ ਵੱਡਾ ਪੰਡਾਲ ਲਾਇਆ ਗਿਆ ਹੈਗਾ 4 ਲੱਖ ਸਕੁਅਰ ਫੁੱਟ ਦੇ ਵਿੱਚ ਪੰਡਾਲ ਜਿਹੜਾ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਦੇ ਨਾਲ ਭਰਿਆ ਹੋਇਆ ਇਹ ਪੰਡਾਲ ਆ ਹਰ ਤਰਫ ਜਿੱਥੋਂ ਤੱਕ ਤੁਹਾਨੂੰ ਨਜ਼ਰ ਜਾਂਦੀ ਹੈਗੀ ਤਾਂ ਤੁਹਾਨੂੰ ਕਿਸਾਨ ਜਿਹੜੇ ਬੀਬੀਆਂ ਨੇ ਅਤੇ ਨੌਜਵਾਨ ਕਿਸਾਨ ਨੇ ਜਿਹੜੇ ਉਹ ਤੋਂ ਇਸ ਜਗ੍ਹਾ ਦੇ ਉੱਪਰ ਜਿਹੜੇ ਨਜ਼ਰ ਆ ਰਹੇ ਨੇ ਕਿਉਂਕਿ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਨੇ ਕਿਉਂਕਿ ਜਿਹੜਾ ਇਸ ਪਾਸ ਦਾ ਨਜ਼ਾਰਾ ਉਹ ਤੁਹਾਨੂੰ ਆਪਣੇ ਆਪ ਵਿੱਚ ਇੱਕ ਦੇਖਣ ਨੂੰ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਜਿਹੜੀਆਂ ਸਾਡੀਆਂ ਬਜ਼ੁਰਗ ਮਹਿਲਾਵਾਂ ਨੇ ਉਸ ਜਗ੍ਹਾ ਦੇ ਉੱਪਰ ਪਹੁੰਚੀਆਂ ਹੋਈਆਂ ਨੇ ਵਲੰਟੀਅਰਾਂ ਵੱਲੋਂ ਖਾਸ ਤੌਰ ਦੇ ਉੱਪਰ ਧਿਆਨ ਰੱਖਿਆ ਜਾ ਰਿਹਾ ਗਾ ਕਿਉਂਕਿ ਵੱਡਾ ਇਕੱਠ ਜਿਹੜਾ ਇਸ ਧਰਤੀ ਦੇ ਉੱਪਰ ਹੋ ਰਿਹਾ ਗਾ ਭਾਵੇਂ ਕਿ ਗੱਲ ਕੀਤੀ ਜਾਵੇ ਅੱਜ ਅਰਵਿੰਦ ਕੇਜਰੀਵਾਲ ਵੀ ਜਿਹੜੇ ਵਾਹਗਾ ਪ੍ਰਾਂਤ ਦੇ ਵਿੱਚ ਵੱਡੀ ਰੈਲੀ ਕਰ ਰਹੇ ਨੇ ਉਹ ਵੀ ਕਿਸਾਨਾਂ ਨਾਲ ਸਮਰਪਿਤ ਰੈਲੀ ਦੱਸੀ ਜਾ ਰਹੀ ਹੈ ਪਰ ਲੇਕਿਨ ਉਹ ਰਾਜਨੀਤਿਕ ਰੈਲੀ ਆ ਪਰ ਦੂਜੇ ਤਰਫ ਜਿਹੜੀ ਇੱਕ ਵੱਡੀ ਰੈਲੀ ਜਿਸ ਤੋਂ ਅੱਜ ਵੱਡੇ ਜਿਹੜੇ ਕਿਸਾਨ ਨੇਤਾ ਨੇ ਉਹ ਸੰਬੋਧਨ ਕਰਨਗੇ ਨੌਜਵਾਨ ਕਾਨਫਰੰਸ ਦਾ ਜਿਹੜਾ ਇਸਨੂੰ ਜਿਹੜਾ ਨਾਮ ਦਿੱਤਾ ਗਿਆ ਇਸ ਰੈਲੀ ਨੂੰ ਤੁਸੀਂ ਦੇਖ ਸਕਦੇ ਹੋਗੇ ਕਿ ਲੜਕੀਆਂ ਜਿਹੜੀਆਂ ਉਹ ਜਗ੍ਹਾ ਦੇ ਉੱਪਰ ਪਹੁੰਚੀਆਂ ਹੋਈਆਂ ਨੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੈਣ ਜੀ ਕਿੱਥੋਂ ਆਏ ਹੋ ਤੁਸੀਂ ਯੂਨੀਵਰਸਿਟੀ ਕਾਲਜ ਕੀ ਕਹਿਣਾ ਚਾਹੋਗੇ ਕਿ ਅੱਜ ਵੱਡੀ ਰੈਲੀ ਹੋ ਰਹੀ ਆ ਅੱਜ ਸ਼ਹੀਦ ਭਗਤ ਸਿੰਘ ਨੂੰ ਅਸੀਂ ਯਾਦ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੇ ਹੋ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਇਹੀ ਹੈ ਕਿ ਜਿਹੜੇ ਸੰਘਰਸ਼ ਦੇ ਦੌਰਾਨ ਇਹ ਚੱਲ ਰਹੇ ਹੈ ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਅਸੀਂ ਇਕੱਠੇ ਹੋਏ ਹਾਂ ਇਹੀ ਸੁਨੇਹਾ ਹੈ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਜਿਵੇਂ ਦੇ ਜਿਹੋ ਜਿਹੀ ਸੋਚ ਹੈ ਜਿਹੋ ਜਿਹੀ ਲੜਾਈ ਸਾਡੇ ਭਗਤ ਸਿੰਘ ਨੇ ਸ਼ੁਰੂ ਕੀਤੀ ਸੀ ਉਹੀ ਲੜਾਈ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਸਾਡੇ ਮਾਂ ਬਾਪ ਸਾਡੇ ਨਾਲ ਖੜੇ ਆ ਸਾਡੇ ਵੀਰ ਸਾਡੇ ਨਾਲ ਖੜੇ ਆ ਅਸੀਂ ਐਂ ਡਟੇ ਰਹਾਂਗੇ ਐਂ ਲੜਦੇ ਰਹਾਂਗੇ ਬਿਲਕੁਲ ਤੁਹਾਡਾ ਕੀ ਨਾਮ ਹੈ ਜੀ
ਕੋਮਲਪ੍ਰੀਤ ਜੀ, ਕੋਮਲ ਦੇਖ ਰਹੇ ਹਾਂ ਕਿ ਬੱਚੇ ਨੇ, ਬੱਚੇ ਵੀ ਆਏ ਨੇ, ਬਜ਼ੁਰਗ ਕਿਸਾਨ ਨੇ, ਬਜ਼ੁਰਗ ਵੀ ਆਏ ਨੇ, ਨੌਜਵਾਨ ਵੀ ਆਏ ਨੇ। ਅੱਜ ਦੀ ਰੈਲੀ ਦੇ ਵਿੱਚ ਦੇਖ ਸਕਦੇ ਹਾਂ ਕਿ ਵੱਧ ਚੜ੍ਹ ਕੇ ਜਿਹੜੀ ਗਿਣਤੀ ਆ ਉਹ ਕੁੜੀਆਂ ਦੀ, ਕੁੜੀਆਂ ਬੜੀਆਂ ਕਾਲਜ ਤੋਂ, ਯੂਨੀਵਰਸਿਟੀ ਤੋਂ ਕੁੜੀਆਂ ਬੜੀਆਂ ਆਈਆਂ ਨੇ। ਇਹ ਕਿਵੇਂ ਦੇਖਦੇ ਹੋ ਰੈਲੀ ਨੂੰ ਅੱਜ? ਜਿੱਦਾਂ ਮਤਲਬ ਕਹਿ ਦਿੰਦੇ ਆ ਨਾ ਵੀ ਜਿਹੜਾ ਭਗਤ ਸਿੰਘ ਹੈ ਉਸ ਨਾਲ ਜਿਹੜੀ ਵੀ ਕੋਈ ਲਿੰਕ ਜੁੜਦਾ ਉਹਨੂੰ ਆਪਾਂ ਅਕਸਰ ਪ੍ਰਣਾਮ ਕਰਦੇ ਹਾਂ, ਅਤੇ ਇੱਥੇ ਵੀ ਅਕਸਰ ਪ੍ਰਣਾਮ ਕਰਦਾ ਬਣਦਾ, ਕਿਉਂਕਿ ਜਿੱਥੇ ਵੀ ਦੋ ਹਜ਼ਾਰ ਚਾਰ ਹਜ਼ਾਰ ਜਿੰਨੇ ਵੀ ਲੱਖ ਬੰਦੇ ਇਕੱਠੇ ਹੋ ਕੇ ਆਪਣੇ ਹੱਕ ਦੀ ਗੱਲ ਕਰਦੇ ਹਨ, ਉਸ ਨੂੰ ਹੀ ਇਸ ਸੰਘਰਸ਼ ਨੂੰ ਹੀ ਅੱਗੇ ਰਾਹ ਇਹੀ ਤੁਰਦਾ ਹੈ। ਅਤੇ ਸਾਰਿਆਂ ਨੂੰ ਮੈਂ ਇਹੀ ਮਤਲਬ ਸੰਦੇਸ਼ਾ ਦੇਣਾ ਚਾਹਵਾਂਗੀ ਕਿ ਜਿੱਥੇ ਇੱਕ ਪਾਸੇ ਨੌਜਵਾਨ ਨਸ਼ਾ ਕਰਦੇ ਨੇ ਉੱਥੇ ਦੂਜੇ ਪਾਸੇ ਆਪਣੇ ਹੱਕਾਂ ਅਤੇ ਸੱਚਾਂ ਲਈ ਵੀ ਲੜਦੇ ਨੇ। ਬਿਲਕੁਲ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਬੱਚਿਆਂ ਦੀ ਉਹ ਸੋਚ ਹੈ ਜਿਹੜੀ ਉਹ ਕਹਿ ਰਹੀਆਂ ਨੇ ਕਿ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਇਕੱਠਾ ਹੋਣ ਦੀ ਜ਼ਰੂਰਤ ਹੈ, ਤਾਂ ਜੋ ਵੱਡਾ ਇਕੱਠ ਹੋ ਕੇ ਜਿਹੜੇ ਆਪਣੇ ਹੱਕੀ ਮੰਗਾਂ ਦੇ ਲਈ ਲੜਿਆ ਜਾਵੇ, ਹੱਕੀ ਮੰਗਾਂ ਦੇ ਲਈ ਇਹ ਜਗ੍ਹਾ ਦੇ ਉੱਪਰ ਆ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਕਿ ਡਟਿਆ ਜਾਵੇ। ਤਾਂ ਕੁਝ ਹੋਰ ਕਹਿ ਸਕਦੇ ਹਾਂ ਕਿ ਜਿਹੜੇ ਕਿਸਾਨ ਨੇ ਉਹ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਨੇ। ਅੱਜ ਦੇਖ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਜਗ੍ਹਾ ਦੇ ਉੱਪਰ ਪਹੁੰਚੇ ਆ, ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਸਾਡੀਆਂ ਭੈਣਾਂ ਪਹੁੰਚੀਆਂ ਨੇ, ਪੱਗਾਂ ਬੰਨ੍ਹ ਕੇ ਨੌਜਵਾਨ ਪਹੁੰਚੇ ਨੇ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜਿੰਨੀ ਵੀ ਸੰਗਤ ਉਰੇ ਆਈ ਆ। ਖੇਤੀ ਕਾਨੂੰਨਾਂ ਦੇ ਖਿਲਾਫ ਆਪਾਂ ਅੱਜ ਜਿਹੜਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਜਿੱਥੇ ਮਨਾ ਰਹੇ ਹਾਂ, ਨਾਲ ਉਹਨਾਂ ਬਿੱਲਾਂ ਦਾ ਵਿਰੋਧ ਕਰਨ ਵਾਸਤੇ ਆਪਾਂ ਇੱਥੇ ਅੱਜ ਪਹੁੰਚੇ ਹਾਂ ਜੀ। ਇਹ ਅੱਜ ਦਾ ਜਿਹੜਾ ਇਕੱਠ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਕੀਤਾ ਗਿਆ, ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਲਗਾਤਾਰ। ਜਿੱਥੇ ਵੀ ਇੱਦਾਂ ਦੇ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਜਦੋਂ ਵੀ ਕੋਈ ਇੱਦਾਂ ਦਾ ਪ੍ਰੋਗਰਾਮ ਹੁੰਦਾ ਅਸੀਂ ਹਰ ਜਗ੍ਹਾ ਪਹੁੰਚਦੇ ਹਾਂ। ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸ਼ਹੀਦ ਊਧਮ ਸਿੰਘ ਸੁਨਾਮੀ ਦੀ ਧਰਤੀ 'ਤੇ ਇਹ ਜਿਹੜੀ ਐਡੀ ਮਹਾਰੈਲੀ ਰੱਖੀ ਆ ਉਹਦੇ ਵਿੱਚ ਸ਼ਾਮਿਲ ਹੋਏ ਹਾਂ। ਜਿਹੜੀ ਸਾਡੀ ਸੈਂਟਰ ਦੀ ਸਰਕਾਰ ਨੇ ਸਾਡੇ ਖਿਲਾਫ ਇਹ ਬਿੱਲ ਪਾਸ ਕੀਤੇ ਆ, ਕਾਲੇ ਕਾਨੂੰਨ ਪਾਸ ਕੀਤੇ ਆ, ਅਸੀਂ ਉਹਨਾਂ ਬਿੱਲਾਂ ਦਾ ਵਿਰੋਧ ਕਰਦੇ ਹਾਂ। ਸਾਨੂੰ ਉਹ ਬਿੱਲ ਮਨਜ਼ੂਰ ਨਹੀਂ, ਅਸੀਂ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਅੱਜ ਇੱਥੇ ਇਹ ਸ਼ਾਮਿਲ ਹੋਏ ਹਾਂ। ਇੱਥੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਲਿਵਿੰਗ ਇੰਡੀਆ ਦੀ ਸਾਡੀ ਟੀਮ ਦਾ ਜਿਹੜੇ ਬਹੁਤ ਮਹਾ ਕਵਰੇਜ ਦੇ ਰਹੇ ਨੇ ਅੱਜ ਦੇ ਸਮਾਗਮ ਦੀ। ਅਤੇ ਲਗਾਤਾਰ ਅਸੀਂ ਦਿੱਲੀ ਬਾਰਡਰਾਂ 'ਤੇ ਬੈਠੇ ਹੋਏ ਹਾਂ, 26 ਨਵੰਬਰ ਤੋਂ ਲੈ ਕੇ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਵੀ ਲਗਾਤਾਰ ਇਹਨਾਂ ਬਿੱਲਾਂ ਦਾ ਵਿਰੋਧ ਕਰਨ ਵਾਸਤੇ ਬੈਠੇ ਹੋਏ ਹਾਂ। ਹੁਣ ਅਸੀਂ ਪੰਜਾਬ ਆਏ ਸੀਗੇ, ਅੱਜ ਇਸ ਰੈਲੀ ਵਿੱਚ ਆਉਣ ਦਾ ਸਾਨੂੰ ਮੌਕਾ ਮਿਲਿਆ, ਹੁਮਮ ਆ ਕੇ ਪੁੱਜੇ ਹਾਂ। ਬਹੁਤ ਬਹੁਤ ਥੈਂਕ ਯੂ ਬਾਈ ਜੀ। ਬਿਲਕੁਲ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਇਸ ਰੈਲੀ ਦੇ ਵਿੱਚ ਪਹੁੰਚੇ ਨੇ, ਸਟੇਜ ਦੇ ਉੱਪਰ ਜਿਹੜੇ ਵੱਡੇ ਲੀਡਰ ਨੇ, ਵੱਡੇ ਨੇਤਾ ਨੇ, ਉਹ ਵੀ ਜਿਹੜੀ ਸੰਬੋਧਨ ਨੇ ਜਿਹੜੇ ਉਹ ਕਿਸਾਨਾਂ ਨੂੰ ਕਰਨਗੇ, ਉਹ ਨੌਜਵਾਨ ਬੱਚਿਆਂ ਨੂੰ ਕਰਨਗੇ, ਕਿਉਂਕਿ ਅੱਜ ਦੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਉੱਪਰ ਉਹਨਾਂ ਦਾ ਜਿਹੜਾ ਸੰਦੇਸ਼ ਆ ਉਹ ਵੀ ਦਿੱਤਾ ਜਾਏਗਾ। ਵਿੱਕੀ ਬੁੱਲਰ, ਲਿਵਿੰਗ ਇੰਡੀਆ, ਸੁਨਾਮ ਸ਼ਹੀਦ ਊਧਮ ਸਿੰਘ ਵਾਲਾ, ਸੰਗਰੂਰ।